ਕੋਈ ਮੇਰਾ ਇਸ ਕੇਸ ਨਾਲ ਕੋਈ ਲੇਖਾ ਦੇਖਾ ਨਹੀਂ। ਔਰ ਮੈਨੂੰ ਆਹ ਵਕੀਲ ਨੇ, ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਹਨੇ ਮੇਰੀ ਬੇਰਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਛ ਨਹੀਂ ਲੱਭਿਆ ਉਹਦੇ ਚੋਂ। ਉਹ ਇਸ ਵਕੀਲ ਨੇ ਚਰਨਜੀਤ ਵੇਰਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੀ। ਔਰ ਇਹ ਜੀ ਸ਼ਰਾਰਤ ਜਦੋਂ ਕਰ ਰਹੀ ਹੈ, ਜੇ ਜਹੇਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ, ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ, ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਹਾਂ, ਮੇਰੇ ਕੇਸ 'ਚ ਤਾਂ ਕੁਛ ਕਰ ਦੇ। ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ, ਉਸ ਘਰ ਦਾ ਮੈਂ ਕੁੱਕਰ ਹਾਂ, ਮੈਨੂੰ ਗੁਰੂ ਘਰ 'ਚ ਵਿਸ਼ਵਾਸ ਹੈ, ਉਸ ਕਚਹਿਰੀ 'ਚ ਮੈਨੂੰ ਇਨਸਾਫ ਮਿਲੂਗਾ। ਲੋਕਾਂ ਦੀ ਕਚਹਿਰੀ 'ਚੋਂ ਸਦਾ ਇਨਸਾਫ ਮਿਲਿਆ, ਜਿਹੜੀਆਂ ਬਣਾਈਆਂ ਹੋਈਆਂ ਲੋਕਾਂ ਦੀਆਂ ਕੋਰਟਾਂ ਨੇ ਉਹ 'ਚੋਂ ਇਨਸਾਫ ਮਿਲਿਆ। ਇਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਹੈ, ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾਂ ਜੀ ਲੱਤਾਂ 'ਤੇ ਜਾਨ ਹੈ, ਤੂੰ ਆਪ ਬਣੀ, ਅਫਸਰਾਂ ਨੂੰ ਮੋਹਰੇ ਨਾ ਵਰਤ, ਦੋ ਦੋ ਹੱਥ ਸਿੱਧੇ ਕਰਾਂਗੇ। ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ, ਅੱਜ ਵੀ ਚੈਲੰਜ ਕਰਦਾ, ਜੇ ਲੱਤਾਂ 'ਚ ਜਾਨ ਹੈ ਮਾਸਟਰ ਮਹਿੰਦਰ ਦਾ ਮੁੰਡਾ, ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ, ਦੋ ਦੋ ਹੱਥ ਸਿੱਧੇ ਕਰ ਲਾਂਗੇ। ਕੀ ਹੈ ਜੀ ਫਜ਼ੂਲ ਦਾ। ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਉ ਘਬਰਾਉਣ ਦੀ ਲੋੜ ਨਹੀਂ, ਇਹ ਤੈਨੂੰ ਠੋਕਣ ਨੂੰ ਫਿਰਦੇ, ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ, ਤਿੰਨ ਨੂੰ ਜਾਣਾ ਉਹ ਦੱਸ ਦੀ, ਹਾਂ ਤਿੰਨ ਨੂੰ ਇਹ ਮੈਨੂੰ ਨਾ ਸੱਦਣ, ਮੈਂ ਉਹਦੇ ਨਾਲ ਜਾਊਂਗਾ, ਚਾਰ ਨੂੰ ਜੋ ਸੱਦਣਾ ਚਾਰ ਨੂੰ ਸੱਦ ਲੈਣ, ਪੰਜ ਨੂੰ ਸੱਦਣਾ ਪੰਜ ਨੂੰ ਸੱਦਣਾ, ਮਗਰ ਹਾਈਕੋਰਟ ਦੇ ਆਰਡਰ ਜ਼ਰੂਰ ਪੜਨਾ। ਧੰਨਵਾਦ। ਹੁਣ ਮੈਂ ਮਿਲਿਆ ਹਾਈਕੋਰਟ ਦੇ ਆਰਡਰ ਦਾ ਜ਼ਿਕਰ ਬਿਕਰਮ ਸਿੰਘ ਮਜੀਠੀਆ ਨੇ ਕੀਤਾ, ਇਹ ਤਸਵੀਰ ਤੁਸੀਂ ਦੇਖ ਰਹੇ ਹੋ, SIT ਦੇ ਅੱਗੇ ਪੇਸ਼ ਹੋਣ ਦੇ ਲਈ ਬਿਕਰਮ ਸਿੰਘ ਮਜੀਠੀਆ ਪਹੁੰਚੇ ਨੇ, ਕਹਿੰਦੇ ਕਿ ਹਾਲਾਂਕਿ ਸਮਾਂ ਅੰਗਰੇਜ਼ ਸ਼ਾਰਟ ਲੈ 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 ਲੈ